ਪਰ ਬਹੁਤ ਬੈਠੀ ਲੋਕ ਹੈ। ਆ ਜੀ ਜਿਹੜੇ ਤੁਹਾਨੂੰ ਸ਼ਾਬਾਸ਼ ਦਿੰਦੇ ਆ, ਮੈਨੂੰ ਲੱਗਦਾ ਵੀ ਸ਼ਾਬਾਸ਼ ਦੇਣ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਹਜ਼ਾਰਾਂ ਲੱਖਾਂ ਦੇ ਵਿੱਚ ਆ। ਜੇ ਤੁਸੀਂ ਆਫਕੋਰਸ ਇਸ ਚੀਜ਼ ਦਾ ਅਹਿਸਾਸ ਤੁਹਾਨੂੰ ਵੀ ਹੈ, ਔਰ ਮੈਨੂੰ ਇਹ ਵੀ ਲੱਗਦਾ ਵੀ ਜਿਉਂ ਜਿਉਂ ਇਹ ਗਿਣਤੀ ਵਧੀ ਜਾਂਦੀ ਤਿਉਂ ਤਿਉਂ ਤੁਹਾਡੀ ਜ਼ਿੰਮੇਵਾਰੀ ਵਧੀ ਜਾਂਦੀ ਆ। ਫਿਰ ਘਰ ਵਾਲੀ ਕੁਣੀ ਨਹੀਂ ਮਾਰਦੀ ਵੀ ਸਰਦਾਰਾ ਕਿਹੜੇ ਕੰਮਾਂ 'ਚ ਪਿਆ ਵੀ ਆਰਾਮ ਨਾਲ ਟੱਬਰ ਪਾਲ ਆਪਣਾ। ਤੁਸੀਂ ਹੁਣ ਗੱਲ ਨੂੰ ਟੱਚ ਕਰ ਦਿੱਤਾ, ਪਰ ਜ਼ਰੂਰ ਮੈਂ ਕਹਾਂਗਾ ਪਰਿਵਾਰ ਦਾ ਸਾਥ ਜਿਹੜਾ ਹੈ ਮੇਰੀ ਸਿੰਗਨੀ ਜ਼ਰੂਰੀ ਮੈਂ ਬੜਾ। ਮੈਂ ਤੁਹਾਨੂੰ ਸਿੰਪਲ ਜੀ ਗੱਲ ਸੁਣਾਉਂਦਾ। ਕੁਝ ਜਦੋਂ ਅੰਮ੍ਰਿਤਸਰ ਤੋਂ ਲੰਡਨ ਦੀ ਫਲਾਈਟ ਸ਼ੁਰੂ ਹੋਈ ਤੇ ਬੜਾ ਅਸੀਂ ਕੰਪੇਨ ਚਲਾਇਆ, ਬੜੀ ਮਿਹਨਤ ਕੀਤੀ। ਮੈਂ ਇੱਥੋਂ ਬਿਲਕੁਲ ਅੰਮ੍ਰਿਤਸਰ ਗਿਆ 550 ਸਾਲਾਂ 'ਤੇ, ਬਿਲਕੁਲ ਉੱਥੋਂ ਮੈਂ ਟ੍ਰੇਨ 'ਚ ਜਾ ਰਿਹਾ ਸੀ ਤੇ ਇੱਕ ਬਜ਼ੁਰਗ ਬੀਬੀ ਜੀ ਨੇ ਮੇਰੀ ਸਿੱਖ ਚੈਨਲ 'ਤੇ ਇੰਟਰਵਿਊ ਦੇਖੀ ਸੀ ਕਿਤੇ, ਉਹਨਾਂ ਨੇ ਪਛਾਣ ਲਿਆ ਮੈਨੂੰ। ਅੱਛਾ ਤੇ ਉਹਨਾਂ ਨੇ ਕਿਹਾ ਕਿ ਤੂੰ ਉਹ ਸਮੀਪ, ਜਿਸ ਤਰ੍ਹਾਂ ਉਹਨੇ ਕਿਹਾ, ਉਹਨਾਂ ਨੇ ਅਸੀਸਾਂ ਦਿੱਤੀਆਂ। ਸੋ ਅੱਛਾ ਇਸ ਤਰ੍ਹਾਂ ਦੇ ਜਦੋਂ ਅਸੀਸਾਂ ਮਿਲਦੀਆਂ ਨੇ ਜ਼ਰੂਰ, ਉਹਦੇ ਕਰਕੇ ਜ਼ਿੰਮੇਵਾਰੀ ਜ਼ਰੂਰ ਵਧੀ ਹੈ। ਕਈ ਵਾਰ ਰਾਤ ਨੂੰ ਆ ਜਾਂਦਾ ਕਿ ਸਮੀਪ ਸਿੰਘ ਜੀ ਇੱਦਾਂ ਪ੍ਰੋਬਲਮ ਆ ਗਈ, ਫਿਰ ਮੈਂ ਰਾਤੀ ਜਾ ਕੇ, ਤੇ ਕੁਝ ਸਾਲ ਪਹਿਲਾਂ ਮੇਰੇ ਬੱਚੇ ਨੇ, ਜਦੋਂ ਮੇਰਾ ਬੇਟਾ ਮੇਰਾ 7-8 ਸਾਲ ਦਾ ਸੀ, 8 ਸਾਲ ਦਾ, ਤੇ ਅਸੀਂ ਸਾਰੇ ਕਈਆਂ ਦੀ ਗੱਲ ਕਰ ਰਹੇ, ਕਿਸੇ ਨੇ ਕੋਈ ਸਵਾਲ ਪੁੱਛਿਆ ਸੀ, ਕੋਈ ਸਪੀਚ ਦੇਣੀ ਸੀ ਕਿ ਸੇਵਾ ਲਈ ਅੱਜ ਕੱਲ੍ਹ ਦਾ ਕਿਹੜਾ ਸਿੱਖ ਤੇਰੇ ਲਈ ਮਾਡਲ ਹੈ, ਤੇ ਉਹ ਮੈਨੂੰ ਉਦੋਂ, ਮੈਂ ਕਹਾਂਗਾ ਕਿ ਜਦੋਂ ਤੁਸੀਂ ਸੇਵਾ ਕਰਦੇ ਬੱਚੇ ਵੀ ਦੇਖਦੇ ਨੇ, ਬਿਲਕੁਲ ਸਹੀ। ਤੇ ਕੋਈ ਸੇਵਾ ਹੋ ਜੇ ਲੰਗਰ ਦੀ, ਤੇ ਮੇਰੀ ਵਾਈਫ ਨੇ ਬਾਅਦ ਚ ਦੱਸਿਆ ਸੀਗਾ ਕਿ ਉਹਨੇ ਲਿਖਿਆ ਸੀਗਾ ਕਿ ਮੇਰੇ ਫਾਦਰ ਇਸ ਤਰ੍ਹਾਂ ਫਲਾਈ ਅੰਮ੍ਰਿਤਸਰ ਚਲਾ ਰਹੇ ਨੇ, ਉਹਦੇ ਨਾਲ ਲੋਕ ਸ੍ਰੀ ਹਰਿਮੰਦਰ ਸਾਹਿਬ ਜਾਣਗੇ, ਅਮਰੀਕਾ ਵਿੱਚ ਜਿਹੜੇ ਉਹ ਵੀ ਲੋਕ ਜਾ ਸਕਣਗੇ, ਉਹਨਾਂ ਨੂੰ ਸਿੱਖਾਂ ਬਾਰੇ ਪਤਾ ਲੱਗੇਗਾ, ਦਸਤਾਰ ਬਾਰੇ ਪਤਾ ਲੱਗੇਗਾ। ਕੀ ਬਾਤ ਹੈ। ਸੋ ਉਹਨੇ ਜਦੋਂ ਇਸ ਤਰ੍ਹਾਂ ਲਿਖਿਆ ਤੇ ਉਹਦੇ ਨਾਲ ਫਿਰ ਇਹਨਾਂ ਜਿਹੜੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬੱਚਿਆਂ ਕੋਲੋਂ, ਇਹਨਾਂ ਦਾ ਪ੍ਰਚਾਰ ਪ੍ਰਸਾਰ ਬਹੁਤ ਵਧੀਆ ਹੁਣ ਹੁਣ ਹਾਂਜੀ ਮੇਰੇ ਬੱਚੇ ਵੀ ਹੁਣ ਜਿਹੜੇ ਨੇ, ਤੇ ਪਰਿਵਾਰ ਦਾ ਸਾਥ ਹੈ। ਮੇਰੇ ਫਾਦਰ ਨੂੰ ਮੈਂ 20-25 ਸਾਲ, ਕਿੰਨੇ ਸਾਲ ਚਿੱਠੀਆਂ ਲਿਖਦੇ ਦੇਖਿਆ ਉਹਨਾਂ ਨੂੰ, ਤੇ ਹਾਲੇ ਵੀ ਲਿਖੀ ਜਾ ਰਹੇ ਆ, ਥੱਕਦੇ ਨਹੀਂ ਆ। ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਪੰਜਾਬੀ ਜਿਹੜੀ ਕਲਮ ਹੈ ਨਾ, ਉਹ ਇਹ ਤਲਵਾਰ ਆ, ਇਹ ਕਦੀ ਕਦੀ ਕਲਮ ਤਲਵਾਰ ਹੋ ਜਾਂਦੀ। ਇਹ ਜਿਹੜਾ ਏਅਰਪੋਰਟ ਤੁਸੀਂ ਦੇਖ ਰਹੇ ਹੋ ਅੱਜ, ਚਲੋ ਮੈਂ ਇਹ ਨਹੀਂ ਕਹਿਣਾ ਕਿ ਉਹਨਾਂ ਦੀ ਦੇਣ ਜਾਂ ਕਿਸ ਤਰ੍ਹਾਂ ਵੀ ਹੈ, ਵਿਕਾਸ ਮੰਚ ਜਿਹੜਾ ਬਣਾਇਆ ਸੀ ਤੇ ਹਾਲੇ ਵੀ ਜੀ ਜੀ ਉੱਤੇ ਲੋਗੋ ਸੀਗਾ ਹਰਿਮੰਦਰ ਸਾਹਿਬ ਦਾ ਛੋਟਾ ਜਿਹਾ ਇੱਕ, ਜੀ ਜੀ ਤੇ ਜਦੋਂ ਸੀਐਮ ਇਬਰਾਹਿਮ ਨੂੰ ਮਿਲੇ ਗੁਜਰਾਲ ਸਾਹਿਬ ਮਿਲੇ, ਤੇ ਉਹਨੇ ਉਸ ਚਿੱਠੀ ਨੂੰ ਮੱਥਾ ਟੇਕਿਆ ਸੀ ਜਿਹੜੀ ਇਹਨਾਂ ਨੇ ਲਿਖੀ ਸੀ। ਸਰਕਾਰ ਡਿੱਗ ਪਈ। ਪਰਮਿੰਦਰ ਜੀ ਇੱਕ ਹਿਸਟਰੀ ਹੈ, ਇੱਕ ਜੁਆਇੰਟ ਸੈਕਟਰੀ ਆਪਣੇ ਸਿੱਖ ਨੇ, ਉਹਨਾਂ ਨੇ ਦੱਸੀ ਹੈ ਹੁਣ 98 ਚੋਂ ਚਿੱਠੀ ਉਹਨਾਂ ਨੂੰ ਆਈ, 97 ਜਦੋਂ ਵਾਜਪਾਈ ਸਰਕਾਰ ਤੋਂ ਪਹਿਲਾਂ ਆਈ, ਇੱਕ ਚਿੱਠੀ ਆਈ ਹੈ, ਉਹ ਚ ਏਅਰਪੋਰਟ ਦਾ ਅਪਗ੍ਰੇਡੇਸ਼ਨ ਦਾ ਸਾਈਨ ਹੋਏ ਨੇ, ਅਪਰੂਵਲ ਹੋ ਗਈ ਸੀ। ਤੇ ਅਪਰੂਵਲ ਉਹਦਾ ਕਿਸ ਤਰ੍ਹਾਂ ਹੈ, ਬੰਗਲੌਰ ਉਦੋਂ ਸੈਕਟਰੀ ਸੀ, ਜੁਆਇੰਟ ਸੈਕਟਰੀ ਵੀ ਦੀ ਉਹਨਾਂ ਗੱਲ ਦੱਸੀ, ਉਹ ਚਿੱਠੀ ਇਹਨਾਂ ਦੀ ਚਿੱਠੀ ਸੀ ਵਿਕਾਸ ਮੰਚ ਦੀ, ਜਿਹੜੀ ਪਿਛਲੇ ਮੰਤਰੀ ਨੇ ਸਾਈਨ ਕੀਤੀ। ਸੋ ਮੰਤਰੀ ਦੇ ਸਾਈਨ ਹੋ ਗਏ ਇੱਕ ਵਾਰੀ, ਤੇ ਉਹ ਤਾਂ ਪਹੁੰਚ ਗਈ, ਤੇ ਫਿਰ ਉਹ 450 ਕਰੋੜ ਅਪਰੂਵ ਹੋਇਆ ਸੀ ਵਾਜਪਾਈ ਸਾਹਿਬ ਵੇਲੇ। ਸੋ ਆਪਾਂ ਜਿਹੜਾ ਸੋਸ਼ਲ ਮੀਡੀਆ, ਜ਼ਰੂਰ ਆਪਾਂ ਰੇਡੀਓ ਸਪਾਈਸ ਤੇ ਵੀ ਦੇਖ ਰਹੇ, ਕਮੈਂਟ ਲਿਖ ਰਹੇ ਹਾਂ, ਬਹੁਤ ਲਿਖਦੇ ਹਾਂ, ਸਾਨੂੰ ਸਾਰਿਆਂ ਨੂੰ ਲਿਖਣਾ ਆਉਂਦਾ। ਏਅਰਲਾਈਨ ਦੀ ਈਮੇਲ ਕੱਢ ਲਓ, ਕੁਝ ਕੱਢ ਲਓ, ਤਾਂ ਹੀ ਅਸੀਂ ਇੰਪਰੂਵ ਕਰ ਸਕਾਂ। ਕੱਲਾ ਸਮੀਪ ਸਿੰਘ ਬੋਲੀ ਜਾਏਗਾ ਜਾਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਬੋਲੀ ਜਾਏਗਾ, ਉਹਦੇ ਨਾਲ ਗੱਲ ਨਹੀਂ ਬਣੇਗੀ। ਗੁੱਸਾ ਕੱਢ ਕੇ ਮੇਰੇ ਤੇ ਕੱਢ ਲਓ, ਏਅਰਪੋਰਟ ਤੇ ਕੱਢ ਲਓ, ਦਿੱਲੀ ਚਲੇ ਜਾਓ, ਉਹਦੇ ਨਾਲ ਸਾਡਾ ਸੋਲੂਸ਼ਨ ਨਹੀਂ ਹੋਣਾ। ਅਸੀਂ ਸੋਲੂਸ਼ਨ ਇਹ ਜੀ ਕੱਢ ਸਕਦੇ ਹਾਂ ਕਿ ਮੈਂ ਹੁਣੇ ਚਿੱਠੀ ਲੈ ਕੇ ਹਟਿਆ ਤੁਹਾਡੇ ਆਕਲੈਂਡ ਲਈ, ਮਲੇਸ਼ੀਆ ਏਅਰਲਾਈਨ ਦੇ ਚੀਫ ਕਮਰਸ਼ਲ ਆਫਿਸਰ ਨੂੰ। ਅੱਛਾ ਜੀ। ਆਕਲੈਂਡ ਨੂੰ ਤੁਸੀਂ 3 ਦਿਨ ਜ਼ਰੂਰ ਦਿਓ।